ਉਸ ਤੋਂ ਇਹ ਨੂੰ ਆਪਣੇ ਅਨਪੜ੍ਹ ਸਹੁਰੇ ਨੂੰ ਬੱਸ ਵਿੱਚ ਬਿਠਾ ਕੇ ਖੁਦ ਬੱਸ ਵਿੱਚੋਂ ਉਤਰ ਜਾਂਦੀ ਹੈ ਤੇ ਫਿਰ ਥੋੜੇ ਟਾਈਮ ਬਾਅਦ ਬੱਸ ਚੱਲ ਪੈਂਦੀ ਤੇ ਆਪਣੇ ਸਹੁਰੇ ਨੂੰ ਜਾਂਦਾ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹੈ ਤੇ ਫਿਰ ਉਹਦਾ ਸਹੁਰਾ ਬੱਸ ਚੱਲਣ ਤੇ ਬਹੁਤ ਜ਼ਿਆਦਾ ਘਬਰਾ ਜਾਂਦਾ ਤੇ ਉਹਨੂੰ ਬਹੁਤ ਜ਼ਿਆਦਾ ਘਬਰਾਇਆ ਹੋਇਆ ਦੇਖ ਕੇ ਉਹਦੇ ਕੋਲ ਬੈਠਾ ਮੁੰਡਾ ਉਹਨਾਂ ਨੂੰ ਪੁੱਛਦਾ ਤੇ ਉਹ ਕਹਿੰਦਾ ਕਿ ਮੇਰੀ ਨੂੰਹ ਮੇਰੇ ਵਾਸਤੇ ਪਾਣੀ ਲੈਣ ਗਈ ਸੀ ਤੇ ਕਹਿੰਦਾ ਕਿ ਉਹ ਵਾਪਸ ਨਹੀਂ ਆਈ ਤੇ ਇੰਨੇ ਵਿੱਚ ਬੱਸ ਚੱਲ ਪਈ ਤੇ ਮੁੰਡਾ ਕਹਿੰਦਾ ਕਿ ਅਕਸਰ ਲੋਕ ਆਪਣੇ ਬਜ਼ੁਰਗ ਮਾਤਾ ਪਿਤਾ ਤੋਂ ਛੁਟਕਾਰਾ ਪਾਉਣ ਵਾਸਤੇ ਬੱਸ ਵਿੱਚ ਬਿਠਾ ਕੇ ਚਲੇ ਜਾਂਦੇ ਨੇ ਤੇ ਕਹਿੰਦਾ ਕਿ ਫਿਰ ਇਹ ਬੱਸ ਵਾਲੇ ਉਹਨਾਂ ਨੂੰ ਹਰਿਦੁਆਰ ਲਾ ਦਿੰਦੇ ਨੇ ਤੇ ਫਿਰ ਉਹ ਬਜ਼ੁਰਗ ਆਦਮੀ ਮੁੰਡੇ ਦੀ ਗੱਲ ਸਮਝ ਜਾਂਦਾ ਤੇ ਕਹਿੰਦਾ ਕਿ ਲੋਕ ਤਾਂ ਮਰਨ ਤੋਂ ਬਾਅਦ ਹਰਿਦੁਆਰ ਜਾਂਦੇ ਮੈਨੂੰ ਤਾਂ ਪਰ ਜਿਉਂਦੇ ਜੀ ਹੀ ਛੱਡ ਦਿੱਤਾ ਉਹਨਾਂ ਨੇ ਤੇ ਦੂਜੇ ਪਾਸੇ ਇਹਦਾ ਮੁੰਡਾ ਆਪਣੇ ਬਜ਼ੁਰਗ ਪਿਤਾ ਨੂੰ ਹਰ ਜਗ੍ਹਾ ਲੱਭ ਰਿਹਾ ਸੀ ਕਿਉਂਕਿ ਉਹਦੇ ਪਿਤਾ ਅਨਪੜ੍ਹ ਹੋਣ ਕਰਕੇ ਇਕੱਲੇ ਘਰ ਨਹੀਂ ਆ ਸਕਦੇ ਸੀ ਤੇ ਫਿਰ ਉਦੋਂ ਹੀ ਅਚਾਨਕ ਉਹਦਾ ਪਿਤਾ ਬਹੁਤ ਬੁਰੀ ਹਾਲਤ ਵਿੱਚ ਘਰ ਆਉਂਦਾ ਅੱਗੇ ਕੀ ਹੋਇਆ ਦੇਖਣ ਤੋਂ ਪਹਿਲਾਂ ਤੁਸੀਂ ਜਿੱਤ ਸਕਦੇ ਹੋ ਆਈਫੋਨ 15 ਪ੍ਰੋ ਮੈਕਸ ਉਹਦੇ ਲਈ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਵਿੱਚ ਆਪਣਾ ਨਾਮ ਜ਼ਰੂਰ ਲਿਖੋ ਤੇ ਫਿਰ ਮੁੰਡਾ ਆਪਣੇ ਪਿਤਾ ਦੇ ਮੂੰਹੋਂ ਸੱਚਾਈ ਸੁਣ ਕੇ ਆਪਣੀ ਪਤਨੀ ਨੂੰ ਘਰ ਤੋਂ ਬਾਹਰ ਕੱਢ ਦਿੰਦਾ।